ਅਜਿਹਾ ਕੀ ਹੋਇਆ ਕਿ ਇੱਕ ਆਦਮੀ ਦੇ ਪਿਸ਼ਾਬ ਕਰਨ ਦੀ ਵਜ੍ਹਾ ਦੇ ਨਾਲ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ? ਉਸ ਟਾਈਮ ਕੀ ਹੋਇਆ ਜਦੋਂ ਹਵਾ ਵਿੱਚ ਜਹਾਜ਼ ਨੂੰ ਉਡਾ ਰਹੇ ਪਾਇਲਟ ਦੀ ਮੌਤ ਹੋ ਗਈ? ਕੀ ਜਹਾਜ਼ ਦੇ ਵਿੱਚ ਨੋਹ ਕੱਟਣ ਵਾਲੇ ਵਿਅਕਤੀ ਨੂੰ ਸਜ਼ਾ ਹੋ ਸਕਦੀ ਹੈ? ਉਸ ਟਾਈਮ ਕੀ ਹੁੰਦਾ ਹੈ ਜਦੋਂ ਹਵਾ ਵਿੱਚ ਉੱਡ ਰਹੇ ਜਹਾਜ਼ ਦੇ ਵਿੱਚ ਕੋਈ ਯਾਤਰੀ ਸਿਗਰਟ ਪੀਣੀ ਸ਼ੁਰੂ ਕਰ ਦਿੰਦਾ ਹੈ? ਕੀ ਹਵਾ ਵਿੱਚ ਉੱਡ ਰਹੇ ਜਹਾਜ਼ ਦੇ ਵਿੱਚ ਸੱਪ ਵੀ ਆ ਸਕਦਾ ਹੈ? ਅਜਿਹੀ ਜਹਾਜ਼ ਦੇ ਵਿੱਚ ਹੋਈਆਂ ਅਜੀਬੋ ਗਰੀਬ ਘਟਨਾਵਾਂ ਨੂੰ ਜਾਣਨ ਲਈ ਜੁੜੇ ਰਹੋ ਮੇਰੇ ਨਾਲ। ਮੈਂ ਹਾਂ ਤੁਹਾਡਾ ਹੋਸਟ ਜਸਪ੍ਰੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਚੋਰ ਟੀਵੀ। ਜੇਕਰ ਤੁਸੀਂ ਸਾਡੇ YouTube ਚੈਨਲ ਤੇ ਪਹਿਲੀ ਵਾਰ ਆਏ ਤਾਂ ਇਸ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਜ਼ਰੂਰ ਦਬਾ ਦੇਣਾ ਤਾਂ ਜੋ ਹਰ ਤੁਹਾਨੂੰ ਸਾਡੀ ਨਵੀਂ ਵੀਡੀਓ ਬਾਰੇ ਨੋਟੀਫਿਕੇਸ਼ਨ ਮਿਲ ਸਕੇ, ਕਿਉਂਕਿ ਮੈਂ ਇਦਾਂ ਨੌਲੇਜ ਵਾਲੀਆਂ ਵੀਡੀਓ ਹੀ ਅਪਲੋਡ ਕਰਦਾ ਰਹਿਣਾ ਹਾਂ। ਜ਼ਿਆਦਾਤਰ ਲੋਕਾਂ ਨੂੰ ਹਵਾਈ ਯਾਤਰਾ ਕਰਨੀ ਕਾਫੀ ਪਸੰਦ ਹੁੰਦੀ ਹੈ। ਹਵਾਈ ਯਾਤਰਾ ਕਈ ਵਾਰ ਖਤਰਨਾਕ ਵੀ ਹੋ ਸਕਦੀ ਹੈ ਤੇ ਕਈ ਵਾਰ ਮਜ਼ੇਦਾਰ ਵੀ। ਹਵਾਈ ਸਫ਼ਰ ਆਖਰ ਹੈ ਕੀ? ਹਵਾਈ ਯਾਤਰਾ ਦੇ ਵਿੱਚ ਤੁਹਾਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਾ ਦਿੱਤਾ ਜਾਂਦਾ ਹੈ ਤੇ ਉਸ ਦੇ ਵਿੱਚ ਜਹਾਜ਼ ਦੇ ਵਿੱਚ ਜੋ ਕੁਝ ਵੀ ਵਾਪਰਦਾ ਹੈ ਉਹ ਤੁਹਾਡੇ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਪਤਾ ਹੁੰਦਾ। ਦੁਨੀਆ ਭਰ ਦੇ ਵਿੱਚ ਰੋਜ਼ਾਨਾ ਕਈ ਹਜ਼ਾਰ ਫਲਾਈਟਾਂ ਉੱਡਦੀਆਂ ਹਨ ਤੇ ਉਹਨਾਂ ਦੇ ਵਿੱਚ ਕਈ ਅਜਿਹੀਆਂ ਘਟਨਾਵਾਂ ਹੋ ਜਾਂਦੀਆਂ ਹਨ ਜੋ ਕਿ ਬਹੁਤ ਹੀ ਜ਼ਿਆਦਾ ਅਜੀਬੋ ਗਰੀਬ ਹੁੰਦੀਆਂ ਹਨ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਅਜੀਬੋ ਗਰੀਬ ਤੇ ਅਜਿਹੀਆਂ ਹੈਰਾਨ ਕਰਨ ਵਾਲੀਆਂ ਘਟਨਾਵਾਂ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਤੇ ਸੋਚੋਗੇ ਵੀ ਕਿ ਜਹਾਜ਼ ਵਿੱਚ ਸੱਚਮੁੱਚ ਇਹ ਵੀ ਕੁਝ ਹੋ ਸਕਦਾ ਹੈ। ਇਹ ਗੱਲ ਤਾਂ ਹਰ ਕਿਸੇ ਨੂੰ ਹੀ ਪਤਾ ਹੈ ਕਿ ਜਹਾਜ਼ ਦੇ ਵਿੱਚ ਹਵਾਈ ਸਫ਼ਰ ਦੇ ਦੌਰਾਨ ਤੁਸੀਂ ਸਮੋਕਿੰਗ ਯਾਨੀ ਕਿ ਸਿਗਰਟ ਨੋਸ਼ੀ ਨਹੀਂ ਕਰ ਸਕਦੇ, ਪਰ ਇੱਕ ਵਾਰ ਅਜਿਹਾ ਹੋਇਆ ਜਦੋਂ ਅਲਜੀਰੀਆ ਤੋਂ ਇੱਕ ਫਲਾਈਟ ਪੈਰਿਸ ਨੂੰ ਜਾ ਰਹੀ ਸੀ। ਉਸ ਫਲਾਈਟ ਦੇ ਵਿੱਚ ਇੱਕ ਅਜਿਹਾ ਇਨਸਾਨ ਸੀ ਜਿਸ ਨੂੰ ਸਿਗਰਟ ਦੀ ਜ਼ਬਰਦਸਤ ਤਲਬ ਲੱਗੀ ਹੋਈ ਸੀ। ਇਹ ਯਾਤਰੀ ਜਹਾਜ਼ ਦੇ ਵਿੱਚ ਹੀ ਸਿਗਰਟ ਪੀਣੀ ਚਾਹੁੰਦਾ ਸੀ ਜਿਸ ਨੂੰ ਕਈ ਫਲਾਈਟ ਅਧਿਕਾਰੀਆਂ ਨੇ ਬਾਰ ਬਾਰ ਮਨ੍ਹਾ ਕਰਨ ਤੋਂ ਬਾਅਦ ਉਸ ਨੂੰ ਵਾਰਨਿੰਗ ਵੀ ਦੇ ਦਿੱਤੀ ਗਈ, ਪਰ ਇਹ ਯਾਤਰੀ ਇੰਨਾ ਜ਼ਿਆਦਾ ਢੀਠ ਸੀ ਕਿ ਇਹ ਉੱਡਦੇ ਜਹਾਜ਼ ਦੇ ਵਿੱਚ ਹੀ ਲੁੱਕ ਕੇ ਸਿਗਰਟ ਪੀਣ ਲੱਗਾ। ਫਿਰ ਉਸ ਨੂੰ ਵਾਰਨਿੰਗ ਦੇ ਦਿੱਤੀ ਗਈ, ਪਰ ਪਤਾ ਨਹੀਂ ਉਸ ਇਨਸਾਨ ਦੇ ਉੱਤੇ ਕੀ ਪਾਗਲਪਨ ਸਵਾਰ ਹੋਇਆ ਸੀ। ਉਸ ਨੂੰ ਦੂਜੀ ਵਾਰ ਜਹਾਜ਼ ਦੇ ਅਮਲੇ ਨੇ ਜਦੋਂ ਵਾਰਨਿੰਗ ਦਿੱਤੀ ਤਾਂ ਇਹ ਯਾਤਰੀ ਇੰਨਾ ਜ਼ਿਆਦਾ ਖਿੱਚ ਗਿਆ ਕਿ ਇਸ ਨੇ ਆਪਣੇ ਨਾਲ ਬੈਠੇ ਯਾਤਰੀ ਦੇ ਉੱਪਰ ਪਿਸ਼ਾਬ ਕਰ ਦਿੱਤਾ। ਫਿਰ ਉਸ ਤੋਂ ਬਾਅਦ ਫਲਾਈਟ ਦੇ ਵਿੱਚ ਯਾਤਰੀਆਂ ਨੇ ਪਹਿਲਾਂ ਤਾਂ ਇਸ ਦੀ ਮਾਰਕੁੱਟ ਕੀਤੀ ਅਤੇ ਜਹਾਜ਼ ਨੂੰ ਨੇੜੇ ਦੇ ਏਅਰਪੋਰਟ ਦੇ ਉੱਤੇ ਉਤਾਰ ਕੇ ਇਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਅਜਿਹੀ ਹੀ ਇੱਕ ਅਨੋਖੀ ਘਟਨਾ ਇੰਗਲੈਂਡ ਤੋਂ ਸਾਊਥ ਅਫਰੀਕਾ ਜਾ ਰਹੀ ਫਲਾਈਟ ਦੇ ਵਿੱਚ ਵੀ ਹੋਈ ਸੀ। ਜੇਕਰ ਕੋਈ ਫਲਾਈਟ ਦੇ ਵਿੱਚ ਆਪਣਾ ਲੈਪਟਾਪ ਕੱਢ ਕੇ ਮੂਵੀ ਦੇਖਦਾ ਹੈ ਤਾਂ ਇਸ ਦੇ ਵਿੱਚ ਕੋਈ ਵੀ ਗੱਲ ਇਤਰਾਜ਼ ਕਰਨ ਵਾਲੀ ਨਹੀਂ ਹੈ, ਪਰ ਜੇਕਰ ਕੋਈ ਆਪਣੇ ਲੈਪਟਾਪ ਦੇ ਉੱਪਰ ਮੂਵੀ ਦੇਖਣ ਦੀ ਬਜਾਏ ਅਸ਼ਲੀਲ ਵੀਡੀਓ ਦੇਖਣ ਲੱਗੇ ਤਾਂ ਇਤਰਾਜ਼ ਹੋਣਾ ਸੁਭਾਵਕ ਹੈ। ਇਸ ਫਲਾਈਟ ਦੇ ਵਿੱਚ ਮੌਜੂਦ 24 ਸਾਲਾ ਲੜਕੇ ਨੇ ਪਹਿਲਾਂ ਤਾਂ ਆਪਣੇ ਲੈਪਟਾਪ ਦੇ ਉੱਪਰ ਅਸ਼ਲੀਲ ਵੀਡੀਓ ਚਲਾਈ ਅਤੇ ਉਸ ਤੋਂ ਬਾਅਦ ਆਪਣੇ ਸਰੀਰ ਦੇ ਉੱਪਰ ਪਹਿਨੇ ਹੋਏ ਸਾਰੇ ਕੱਪੜੇ ਉਤਾਰ ਦਿੱਤੇ। ਅਜਿਹਾ ਕਰਨ ਤੇ ਉਸ ਮੁੰਡੇ ਨੂੰ ਜਹਾਜ਼ ਦੇ ਅਧਿਕਾਰੀਆਂ ਵੱਲੋਂ ਵਾਰਨਿੰਗ ਦੇ ਦਿੱਤੀ ਗਈ, ਪਰ ਉਹ ਮੁੰਡਾ ਇੰਨੇ ਜ਼ਿਆਦਾ ਨਸ਼ੇ ਦੇ ਵਿੱਚ ਸੀ ਕਿ ਉਸ ਨੇ ਜਹਾਜ਼ ਦੇ ਵਿੱਚ ਮੌਜੂਦ ਕੁੜੀਆਂ ਦੇ ਨਾਲ ਬਦਸਲੂਕੀ ਕਰਨੀ ਵੀ ਸ਼ੁਰੂ ਕਰ ਦਿੱਤੀ। ਫਿਰ ਉਸ ਪਲੇਨ ਦੇ ਉਤਰਦਿਆਂ ਹੀ ਉਸ ਲੜਕੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਨੂੰ 7 ਸਾਲ ਦੀ ਸਜ਼ਾ ਹੋਈ। ਜਦੋਂ ਅਸੀਂ ਹਵਾਈ ਸਫ਼ਰ ਬਾਰੇ ਸੋਚਦੇ ਹਾਂ ਤਾਂ ਸਾਨੂੰ ਜਹਾਜ਼ ਦੇ ਵਿੱਚ ਹਰ ਇੱਕ ਚੀਜ਼ ਬੜੀ ਸਾਫ਼ ਸੁਥਰੀ ਦਿਖਾਈ ਦਿੰਦੀ ਹੈ। ਇਹ ਘਟਨਾ ਹੈ ਮੈਕਸੀਕੋ ਦੇ ਇੱਕ ਏਅਰਪੋਰਟ ਦੀ ਜਿੱਥੇ ਲਗੇਜ ਬਾਕਸ ਦੇ ਵਿੱਚ ਕਿਸੇ ਤਰ੍ਹਾਂ ਨਾਲ ਇੱਕ ਸੱਪ ਪਹੁੰਚ ਗਿਆ। ਇਹ ਵੀ ਕੋਈ ਆਮ ਸੱਪ ਨਹੀਂ ਸੀ, ਦੁਨੀਆ ਦਾ ਬਹੁਤ ਜ਼ਹਿਰੀਲਾ ਸੱਪ ਕੋਬਰਾ ਸੀ ਜਿਹੜਾ ਕਿ ਉਸ ਯਾਤਰੀ ਕੁੜੀ ਦੀ ਸੀਟ ਦੇ ਉੱਪਰ ਲਮਕ ਰਿਹਾ ਸੀ ਤੇ ਉਸ ਕੁੜੀ ਨੇ ਇਸ ਦੀ ਵੀਡੀਓ ਬਣਾ ਲਈ। ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸੱਪ ਲਮਕਦਾ ਸੀਟਾਂ ਦੇ ਉੱਪਰ ਡਿੱਗ ਪੈਂਦਾ ਹੈ ਤੇ ਅਜਿਹਾ ਸਭ ਕੁਝ ਉੱਡ ਰਹੀ ਫਲਾਈਟ ਦੇ ਵਿੱਚ ਹੋ ਰਿਹਾ ਸੀ ਤੇ ਇਸ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾ ਕੇ ਇਸ ਸੱਪ ਨੂੰ ਫਲਾਈਟ ਦੇ ਵਿੱਚੋਂ ਬਾਹਰ ਕੱਢਿਆ ਗਿਆ। ਤੁਸੀਂ ਅਜਿਹਾ ਅਕਸਰ ਦੇਖਿਆ ਜਾਂ ਸੁਣਿਆ ਜ਼ਰੂਰ ਹੋਵੇਗਾ ਕਿ ਲੋਕ ਆਪਣੀ ਫਲਾਈਟ ਦੇ ਵਿੱਚ ਆਪਣੇ ਅਜੀਬੋ ਗਰੀਬ ਜਾਨਵਰਾਂ ਨੂੰ ਲੈ ਕੇ ਪਹੁੰਚ ਜਾਂਦੇ ਹਨ। ਉਹਨਾਂ ਨੂੰ ਬਸ ਇਹ ਕਰਨਾ ਹੁੰਦਾ ਹੈ ਕਿ ਉਹਨਾਂ ਨੂੰ ਇੱਕ ਡਾਕਟਰ ਦਾ ਲੈਟਰ ਲੈਣਾ ਪੈਂਦਾ ਹੈ ਜਿਸ ਦੇ ਵਿੱਚ ਡਾਕਟਰ ਲਿਖ ਦਿੰਦਾ ਹੈ ਕਿ ਇਹ ਇਨਸਾਨ ਆਪਣੇ ਇਮੋਸ਼ਨਲ ਹਾਲਤ ਠੀਕ ਰੱਖਣ ਲਈ ਇਸ ਜਾਨਵਰ ਨੂੰ ਆਪਣੇ ਨਾਲ ਲਿਜਾ ਸਕਦਾ ਹੈ ਤੇ ਇਹ ਲੈਟਰ ਤੁਹਾਨੂੰ ਆਪਣੇ ਨਾਲ ਏਅਰਪੋਰਟ ਦੇ ਉੱਪਰ ਲੈ ਕੇ ਜਾਣਾ ਪੈਂਦਾ ਹੈ ਤੇ ਕੁਝ ਕੁ ਹੋਰ ਫਾਰਮੈਲਿਟੀਆਂ ਪੂਰੀਆਂ ਕਰਨ ਤੋਂ ਬਾਅਦ ਤੁਸੀਂ ਆਪਣੇ ਜਾਨਵਰ ਨੂੰ ਆਪਣੀ ਫਲਾਈਟ ਦੇ ਵਿੱਚ ਨਾਲ ਲਿਜਾ ਸਕਦੇ ਹੋ। ਪਰ ਅਜਿਹਾ ਕੁਝ ਕੁ ਹੀ ਫਲਾਈਟਾਂ ਯਾਨੀ ਕਿ ਸਿਲੈਕਟਡ ਫਲਾਈਟ ਦੇ ਵਿੱਚ ਹੀ ਹੁੰਦਾ ਹੈ, ਪਰ ਹੁੰਦਾ ਜ਼ਰੂਰ ਹੈ। ਇਸ ਫਲਾਈਟ ਦੇ ਵਿੱਚ ਤੁਹਾਡਾ ਪਾਲਤੂ ਜਾਨਵਰ ਤੁਹਾਡੇ ਨਾਲ ਦੀ ਸੀਟ ਉੱਪਰ ਬੈਠ ਸਕਦਾ ਹੈ। ਇਸ ਦਾ ਅਸਰ ਇਹ ਹੁੰਦਾ ਹੈ ਕਿ ਤੁਸੀਂ ਤਾਂ ਆਪਣੇ ਪਾਲਤੂ ਜਾਨਵਰ ਦੇ ਨਾਲ ਆਪਣੀ ਸੀਟ ਉੱਪਰ ਬੈਠ ਜਾਂਦੇ ਹੋ, ਪਰ ਪਰੇਸ਼ਾਨੀ ਉਸ ਯਾਤਰੀ ਦੇ ਨਾਲ ਬਣ ਜਾਂਦੀ ਹੈ ਜੋ ਕਿ ਤੁਹਾਡੇ ਨਾਲ ਦੀ ਸੀਟ ਉੱਪਰ ਬੈਠਾ ਹੁੰਦਾ ਹੈ। ਅਜਿਹੀ ਇੱਕ ਸਮੱਸਿਆ ਦੁਬਈ ਏਅਰਪੋਰਟ ਤੇ ਆਈ ਜਦੋਂ ਇੱਕ ਬ੍ਰਿਟਿਸ਼ ਪੈਂਟਰ ਆਪਣੇ ਨਾਲ ਮੋਰ ਲੈ ਕੇ ਜਾਣ ਲਈ ਏਅਰਪੋਰਟ ਦੇ ਉੱਪਰ ਪਹੁੰਚ ਗਿਆ। ਇੱਥੇ ਚੰਗੀ ਗੱਲ ਇਹ ਰਹੀ ਕਿ ਇਸ ਯਾਤਰੀ ਦੇ ਮੋਰ ਨੂੰ ਫਲਾਈਟ ਦੇ ਅਧਿਕਾਰੀਆਂ ਨੇ ਜਹਾਜ਼ ਦੇ ਵਿੱਚ ਜਾਣ ਤੋਂ ਮਨ੍ਹਾ ਕਰ ਦਿੱਤਾ ਤੇ ਇਸ ਨੂੰ ਫਲਾਈਟ ਦੇ ਵਿੱਚੋਂ ਉਤਾਰ ਦਿੱਤਾ ਗਿਆ। ਤੁਹਾਨੂੰ ਉਸ ਟਾਈਮ ਕਿਹੋ ਜਿਹਾ ਲੱਗੇਗਾ ਜਦੋਂ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਜਿਸ ਜਹਾਜ਼ ਦੇ ਵਿੱਚ ਸਫ਼ਰ ਕਰ ਰਹੇ ਹੋ ਉਸ ਨੂੰ ਉਡਾ ਰਹੇ ਤੁਹਾਡੇ ਮੇਨ ਪਾਇਲਟ ਦੀ ਹੁਣੇ-ਹੁਣੇ ਮੌਤ ਹੋ ਗਈ ਹੈ? ਅਜਿਹਾ ਹਾਦਸਾ ਵੀ ਹੋ ਚੁੱਕਿਆ ਹੈ ਸਾਲ 2016 ਦੇ ਵਿੱਚ। ਇਹ ਫਲਾਈਟ ਨਿਊਯਾਰਕ ਤੋਂ ਬੋਸਟਨ ਜਾ ਰਹੀ ਸੀ ਅਤੇ ਅਚਾਨਕ ਪਤਾ ਲੱਗਦਾ ਹੈ ਕਿ ਇਸ ਜਹਾਜ਼
जहाज़ को उड़ा रहे मेन पायलट की मौत हो गई है। इस जहाज के 147 यात्री सवार सन। उस टाइम फ्लाइट के यात्रियों की जान उपर बन गई, पर को पायलट ने अपनी सूझबूझ के नाल नेड़े के एयरपोर्ट के उत्ते उस फ्लाइट को लैंड करवा दिता। पर यह फ्लाइट अपने सही टाइम तो 5 घंटे लेट लैंड हुई। पर इस फ्लाइट के चंगी गल यह रही कि किसी भी यात्री किसी भी तरह का कोई नुकसान नहीं पहुंचा। अजही ही एक होर घटना दुबई तो चली एक फ्लाइट के देखने को मिली, जिस दे विच किसी की मौत तो नहीं हुई, पर 11 साल का एक शरारती बच्चा इस फ्लाइट के सवार सी। यह बच्चा इन्ना ज्यादा शरारती सी कि इसने हर एक यात्री को परेशान कर दिता। यह 8 घंटे की फ्लाइट के बच्चा कदे तो किसी यात्री को मारन लग जाता, कदे फ्लाइट के इधरों उधर भजदा रहा। यह जवाक इन्ना ज्यादा जिद्दी सी कि बार बार पायलट की सीट उपर बैठने की जिद कर रहा है। इसनों सब ने समझाया पर इसने किसी की भी नहीं मनी, तो इस बच्चे ने अपन शरारत होर बढ़ा दतिया। उस फ्लाइट के मौजूद यात्रियों का कहना है कि उन्होंने अज तक इन्ना शरारती बच्चा कदे नहीं देखा है। जो घटना बारे हुण मैं तुहानू दसण जा रहा हाँ, ये तुहाडा दिल दहला देगी। इस फ्लाइट के एक हाईजैकर ने इस करके इस फ्लाइट को हाईजैक कर लिया क्योंकि वह अपनी घरवाली तो खुश नहीं सी। यह घटना वापरी नाइजीरिया देश के यात्री जिमें तिमें एक बंब लैके जहाज के पहुंच गया, तो जहाज उड्डण की उड़ीक कर लगा। तो जिमें ही फ्लाइट हवा के जाती है तो इसने सब नूं दस दिता कि इसके कोल बंब है। इसने यह कहा कि सारे यात्री उवें ही करन जिमें यह कहेगा, पर इत्थे किसी तरह पायलट ने अपनी सूझबूझ के नाल जहाज नूं लैंड करवा दिता। तो फिर हाईजैकर ने 57 लोगों नूं तां जहाज के उतार दिता, बाकी बचे 17 लोगों नूं अपने कोल बंदी बना लिया। तुसीं यकीन नहीं करोगे कि इन्हां बंदी लोगों के विचों एक बंदा अजिहा भी सी जिहड़ा हाईजैकर दे नाल अपनी सेल्फी लेना चाहुंदा सी। ते हाईजैकर ने उसकी यह गल मन भी ली। बाद दे विच जदों लोगों ने उसनूं पुछया कि तू हाईजैकर दे नाल सेल्फी क्यों ली है, तो उसने दस्सिया कि मैनूं पता सी कि हाईजैकर दे कोल नकली बंब है ते ओह लोगों नूं सिर्फ डरा रहा है। ते इस तरह उस हाईजैकर नूं भी बाद दे विच गिरफ्तार कर लिया गया। उस फ्लाइट के मौजूद सारे यात्रियों की जान बच गई। जिवें कि मैं तुहानूं पहलां ही दस्सिया है कि एक फ्लाइट के सप्प वड़ गया सी, उसे तरह ही एक फ्लाइट के एक मकड़ी ने हमला कर दिता सी। यह घटना है जी स्पेन की। स्पेन के एक जहाज लंडन नूं जा रहा सी, ते एकदम एक औरत नूं अपने पैरों के उपर कुछ चलता होया दिखाई दिता। यह एक जहरीली मकड़ी सी जिहड़ी किसी नूं भी कट लैंदी तां उसकी जान उपर बन जानी सी। पर उस औरत की किस्मत चंगी सी कि मकड़ी ने उस टाइम उसनूं नहीं कट्टिया। पर इत्थे ही यह गल नहीं मुकदी, ते जिवें ही यह औरत टॉयलेट नूं जांदी है तां उह मकड़ी इसके उपर फिर तो हमला कर दिंदी है। ते यह घटना इन्नी वड्डी बन गई कि जहाज की एमरजेंसी लैंडिंग करवाउणी पई। उस तों बाद सारे जहाज की बरीकी दे नाल जांच हुई है, ते मकड़ी नूं फड़न तों बाद जहाज नूं फिर अपनी डेस्टिनेशन उत्ते रवाना कर दिता गया। एक होर अजीबो गरीब घटना उस टाइम देखने को मिली जो तुर्कश एयरलाइन की फ्लाइट दुबई तो अमरीका जाने के न्यूयॉर्क में जा रही थी। तो यह घटना बारे सुन के हादसा भी आ जाएगा, जब इस फ्लाइट का एक यात्री टॉयलेट के गया, तो जिवें ही उसने टॉयलेट के जाके पेशाब किया तो उसके बाथरूम की स्मैल पायलट तक पहुंच गई। तो तुम यकीन नहीं करोगे कि पायलट ने जहाज के सारे अधिकारियों को बुला के पूछा कि पेशाब की इन्नी गंदी बदबू इतने तक किवें आ रही है। तो इतने ही यह गल नहीं मुकी, पेशाब की बदबू के कारण ही पायलट ने जहाज की एमरजेंसी लैंडिंग तक करवा दी। उस तो बाद जहाज की सफाई करवाई गई, तो पता लग्या कि विंग पाइप के जरिए जहाज की बदबू लगातार आ रही थी जिहड़ी कि पूरे जहाज के फैल गई है, तो जहाज के पायलट तक भी पहुंच गई। तो इतने तुहानू यह भी दस दिंदे हां कि जहाज के कई अजिहियां चीजा भी लगियां हुंदियां हन जिहड़ी कि किसी भी तरह की बदबू नूं बहुत घट तो घट कर दिंदियां हन। ते हुण मैं जिहड़ी तुहानू घटना बारे दसण जा रहा हां, इह घटना है जी इंडोनेशिया की, जिथे कि चलती फ्लाइट के एक अचानक भूतिया मूँह वाली औरत नजर आई। तो उस फ्लाइट के जिन्हें भी यात्री सन सारे उसनों देख के डर गए। तो बाद दे विच पता लग्या ये जो औरत सी इसने अपने मूँह के उपर फेस पैक लगाया होया सी, ते इस दे कारण कोई उसनों कुछ कह भी नहीं सकिया। तो उस औरत ने जहाज के ही अपना काम कर लिया। एक बार दिल्ली तो मुंबई जा रही फ्लाइट के यात्री ने अपने नहुं कट्टने शुरू कर दिते, तो इस यात्री को 2 महीने की जेल यात्रा करनी पई। तो तुसीं भी कदे भी जहाज के अपने नहुं ना कट्टना क्योंकि अजिहा करना मना है। हुण वाली घटना है जी स्पेन की। यह फ्लाइट स्पेन तो पैरिस नूं जा रही सी। उस फ्लाइट के बैठे यात्री ने पता नहीं की खा लिया कि वह बार बार उल्टियां कर लगा। जदों उसकी नाल वाली सीट पर बैठे यात्री ने उसनूं कहा कि तुसीं उल्टी वाले बैग के उल्टी करन की बजाय बाथरूम के जाके उल्टी करो। तो यह सुनते ही उसने अपने नाल वाली यात्री जिसने उसनूं समझाउण की कोशिश की उसके उपर उल्टी कर दी। तो फिर उस उल्टी करने वाले यात्री को पुलिस हिरासत दे दिता गया, तो उसनूं 1 साल की सज़ा हुई। यह समझी जहाज के हुई कुछ अजीबो गरीब घटनावां। तुहानूं साडी वीडियो किदां लगी कमेंट करके जरूर दस्सणा, साडे फेसबुक पेज जो टीवी जरूर फॉलो करना। धन्यवाद।